मैं विपन अय्यर उत्तर भारत प्रमुख शिवसेना पंजाब पहले भी मैं कई बार जानों मारने धमकियां मिल चुकिया ने तो मैं समय समय प्रशासन को इस बारे इतलाह करता रहा वहां असी 6 जून का एक प्रोग्राम रखे है जिस विच इंदिरा गांधी बेअंत सिंह जिन्हें भी अपने पंजाब अतवाद दौरान शहीद होया उन्होंने श्रद्धांजलि का 6 तरीक में प्रोग्राम रखा से पहले कुछ दिन 2-4 दिन मेरे दफ्तर के आसे पासे कुछ अनपछाते नौजवान घूमते देखे गए थे जिस बारे मैं प्रशासन को सूचित करना चाहता सी पर इलैक्शन बिजी होने करके मैं प्रशासन को सूचित नहीं कर सकिया। अज मैं अपने दफ्तर में जब बैठा हुआ काम कर रहा 25-30 अनपछाते नौजवान जिन्होंने बिना कुछ दसे मेरे से अचानक हमला कर दिता। बीते दिन शिवसेना पंजाब के उत्तर भारत के मुखी विपिन अय्यर ने दावा किया कि घल्लूघारे के संबंध में उन्होंने नौजवानों वालों हमला किया गया पर पुलिस ने संबंधित 2 मुलजमान काबू किया। मुलजमान की पछाण सतनाम सिंह ते हरदेव सिंह वासी तरन तारण वजो हुई है ते कहानी कुछ होर ही सामने आई है। पुलिस का कहना है कि विपिन अय्यर इस मामले को वखरा रूप देने की कोशिश कर रहा है जबकि मामला ट्रक ड्राइवर ते धर्मकंडे के मालिक विपिन अय्यर विचाले तुलाई नू लैके ते वध पैसों के लैन देन नू लैके झगड़ा होया सी जिस कारण गुस्से विच यह हमला किया गया। मामला है जी सतनाम सिंह ते हरदेव सिंह नां दे 2 बंदे जिन्हां ने अपना ट्रक लोड कीते सीगे ते इन्हां ने अपने ट्रक जिहड़े आ उन्हां दी टर्न आई सी भी असी साडी टर्न बनदी है उत्थे टोल कराउण दी ते काफ़ी वड्डी लाइन सी पिछे 300-400 ट्रक पिछे लगा सीगा ये अपनी टर्न तो ही आपस च बहस गए उत्थे कंडा मालक नय्यर दे नाल उत्थे इन्हां दा आपस च तकरार होया ते थोड़ी बहुत इहदे जिहड़ी हैगी है सट भी लगी है ਉਹਦੇ ਮੁਤਾਬਕ ਅਸੀਂ ਉਹਦਾ ਮੈਡੀਕਲ ਕਰਾਇਆ ਉਹ ਜੋ ਰਿਜ਼ਲਟ ਆਏਗਾ ਅਤੇ FIR ਦਰਜ ਕਰਾਂਗੇ ਫਿਲਹਾਲ ਅਸੀਂ ਹਾਲ ਦੀ ਘੜੀ ਜੋ ਅਫੈਂਸ ਹੋਇਆ ਉਹਦੇ ਮੁਤਾਬਕ ਅਸੀਂ FIR ਦਰਜ ਕਰ ਲਈ ਅਤੇ ਇਹਨਾਂ 'ਤੇ ਅਸੀਂ ਦੋਸ਼ੀ ਵੀ ਅਰੈਸਟ ਕਰ ਲਏ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਸਿਰਫ ਲੜਾਈ ਟਰੱਕ ਡਰਾਈਵਰਾਂ ਦੇ ਨਾਲ ਕੰਡੇ ਦੇ ਤੋਲ ਤੋਂ ਕੋਈ ਐਸਾ ਕੁਛ ਨਹੀਂ ਇਨਵੈਸਟੀਗੇਸ਼ਨ 'ਚ ਨਾ ਕੋਈ ਐਸੀ ਗੱਲ ਹੈਗੀ। ਦੂਜੇ ਪਾਸੇ ਠੇਕੇਦਾਰਾਂ ਦਾ ਕਹਿਣਾ ਸੀ ਕਿ ਟਰੱਕਾਂ ਦੀ ਤੁਲਾਈ FCI ਦੇ ਸਰਕਾਰੀ ਕੰਡੇ ਤੇ ਹੁੰਦੀ ਹੈ ਪਰ ਜਾਣ ਬੁੱਝ ਕੇ ਟਰੱਕਾਂ ਨੂੰ ਬਾਈਪਾਸ ਸਥਿਤ RS ਧਰਮਕੰਡੇ ਤੇ ਭੇਜਿਆ ਗਿਆ ਜਿੱਥੇ ਧਰਮਕੰਡੇ ਦੇ ਮਾਲਕ ਵੱਲੋਂ ਜ਼ਿਆਦਾ ਰਕਮ ਵਸੂਲੀ ਜਾ ਰਹੀ ਸੀ ਜਿਸ ਨੂੰ ਲੈ ਕੇ ਡਰਾਈਵਰਾਂ ਦੀ ਵਿਪਨ ਨਾਲ ਕਹਾ ਸੁਣੀ ਹੋ ਗਈ ਪਰ ਧਰਮਕੰਡੇ ਦਾ ਮਾਲਕ ਇਸ ਨੂੰ ਵੱਖਰਾ ਰੂਪ ਦੇ ਰਿਹਾ ਜੋ ਗਲਤ ਹੈ ਤੇ ਸੱਚਾਈ ਤੋਂ ਕੋਹਾਂ ਦੂਰ ਹੈ। ਕੋਈ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ, ਮਸਲਾ ਸਿਰਫ ਡਰਾਈਵਰਾਂ ਦੇ ਨਾਲ ਹੀ ਪੈਸਿਆਂ ਦਾ ਲੈਂਦੇ ਨਹੀਂ, ਇਹ ਪੈਸੇ ਵੱਧ ਮੰਗਦੇ ਡਰਾਈਵਰ ਰੱਖੇ ਸੀ ਗੱਡੀਆਂ ਤੋਲਣ ਤੋਂ ਲਾਉਣ ਤੋਂ ਟਾਰੀ ਦੀਆਂ ਗੱਡੀਆਂ ਜ਼ਿਆਦੀਆਂ ਤੋਲਦੇ ਸੀ ਉਹਦੇ ਕਰਕੇ ਇਹ ਝਗੜਾ ਆਇਆ। ਇਹਨਾਂ ਗਾਲਾਂ ਦਿੱਤੀ ਪਹਿਲਾਂ ਉਹ ਡਰਾਈਵਰ ਕਿਤੇ ਗੱਲ ਪਿਆ ਅਤੇ ਉਹ ਕਿਤੇ ਕਰਦਿਆਂ ਕਰਾਉਂਦਿਆਂ ਕਿਸੇ ਦਾ ਕੜਾ ਵੱਜ ਗਿਆ, ਮਾੜੀ ਸੱਟ ਲੱਗੀ ਆ ਗਾ। ਸੱਟ ਵੀ ਉਦੋਂ ਜਦੋਂ ਅਸੀਂ ਵੇਖੀ ਰਾਤ ਉਦੋਂ ਥੋੜ੍ਹੀ ਜਿਹੀ ਮੁੜ ਕੇ ਇੰਨਾ ਵਧਾਈ ਆ ਸੱਟ, ਹੋਰ ਗੱਲ ਕੋਈ ਨਹੀਂ ਜੀ। ਕੋਈ ਕਿਸੇ ਦਾ ਪਾਰਟੀਬਾਜ਼ੀ ਦਾ ਕੋਈ ਜਥੇਬੰਦੀ ਦਾ ਕੋਈ ਲੈਂਦੇ ਨਹੀਂ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਇਹ ਵੀ ਇੱਕ ਤਾਂ ਕੰਡਾ ਜਿਹੜਾ ਉਹ ਅੰਦਰ ਦਾ ਜਿਹੜਾ ਸਰਕਾਰੀ ਕੰਡਾ ਉਹ ਤੋਲਿਆ ਜਾਵੇ। ਇੱਕ ਸਪੈਲ ਪਹਿਲੇ ਦਿਨ ਤੁੱਲੀ ਆ, ਰਾਤ ਰਾਤ ਕੰਡੇ ਨੂੰ ਕਿਸ ਤਰ੍ਹਾਂ ਖਰਾਬ ਹੋ ਗਿਆ, ਸਿਰਫ ਇਹ ਪੈਸੇ ਦਾ ਲੈਣ ਦੇਣਾ ਸਾਰਾ ਹੀ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਦਾ ਇਨਸਾਫ਼ ਹੋਣਾ ਚਾਹੀਦਾ ਔਰ ਜਿਹੜਾ ਇਹ ਗਲਤ ਕੰਮ ਆ ਇਹਦੀ ਇਨਕੁਆਇਰੀ ਕਰਾ ਕੇ ਇਹ ਇਨਸਾਫ਼ ਸਾਨੂੰ ਦਿਵਾਉਣਾ ਚਾਹੀਦਾ। ਹੁਣ ਪੁਲਿਸ ਦੇ ਠੇਕੇਦਾਰ ਕਹਿ ਰਹੇ ਨੇ ਕਿ ਮਾਮਲਾ ਕੁਝ ਹੋਰ ਸੀ ਤੇ ਇਸ ਨੂੰ ਕੁਝ ਹੋਰ ਰੰਗ ਦੇ ਕੇ ਹਿੰਦੂ ਸਿੱਖਾਂ ਵਿੱਚ ਪਾੜਾ ਪਾਉਣ ਦਾ ਕੰਮ ਕੀਤਾ ਗਿਆ ਜੋ ਗਲਤ ਹੈ ਤੇ ਇਸ ਸੰਬੰਧੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਧਰਮਕੰਡੇ ਦੇ ਮਾਲਕ ਵੱਲੋਂ ਇਸ ਤਰ੍ਹਾਂ ਦਾ ਝੂਠਾ ਬਿਆਨ ਦੇਣਾ ਕਾਫੀ ਸ਼ਰਮਨਾਕ ਹੈ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9,563,9,563।